ਕਿ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਕੀ ਕਾਰਨ ਹੈ। ਸਾਰਾ ਤਾਂ ਮੰਡੀ ਤਾਂ ਭਰੀ ਪਈ ਹੈ, ਪੰਜਾਬ 'ਚ ਸਿਰਫ ਖੰਨਾ ਨਹੀਂ, ਸਾਰੇ ਪੰਜਾਬ ਦੀਆਂ ਮੰਡੀਆਂ ਭਰੀਆਂ ਪਈਆਂ ਨੇ। ਝੋਨਾ ਚੱਕਿਆ ਨਹੀਂ ਜਾ ਰਿਹਾ, ਪੈਸੇ ਲੋਕਾਂ ਨੂੰ ਮਿਲ ਨਹੀਂ ਰਹੇ, ਜਿਹੜੇ ਇਹੀ ਗੱਲਾਂ ਨੇ। ਹੁਣ ਅੱਜ 10 ਸਾਲ ਮੈਂ ਚਲਾਈ ਹੈ ਇੱਥੇ ਪ੍ਰੋਕਿਓਰਮੈਂਟ, ਕਣਕ ਦੀ ਵੀ ਔਰ ਝੋਨੇ ਦੀ ਵੀ, ਕਦੇ ਇੱਕ ਦਿਨ ਕਿਸੇ ਨੂੰ ਆਪਣੇ ਘਰ 'ਚ ਇੱਥੇ ਨਹੀਂ ਬੈਠਣ ਦੇਣਾ। ਉਹਨਾਂ ਦੀ ਪੇਮੈਂਟ ਹੁੰਦੀ ਸੀ ਮੌਕੇ 'ਤੇ, ਢੇਰੀਆਂ ਚੱਕੀਆਂ ਜਾਂਦੀਆਂ ਸੀ, ਸਭ ਕੁਝ ਕਲੀਅਰ ਸੀ। ਇਹ ਕਿਉਂ ਨਹੀਂ ਕਰ ਸਕਦੀ ਗਵਰਨਮੈਂਟ? ਇਹ ਗਵਰਨਮੈਂਟ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਸੀ, ਅਤੇ ਇਹ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਹੈ। ਉਹ ਜਾਏ ਦਿੱਲੀ, ਅਗਰ ਕੋਈ ਅੜਚਣ ਆਉਂਦੀ ਹੈ FCI ਦੇ ਨਾਲ ਜਾਂ ਪਰਚੇਸ ਨਾਲ ਜਾਂ ਆਪਣੇ ਕਹਿਣ 'ਤੇ, ਉਹਦੇ ਕਹਿਣ 'ਤੇ ਨਵੀਂ ਝੋਨਾ ਲਾਇਆ ਔਰ ਹੁਣ ਇਹਦੇ 'ਤੇ ਜਦ ਕਿਸਾਨੀ ਨੂੰ ਕੋਈ ਔਖ ਆ ਰਹੀ ਹੈ ਪਿੱਠ ਹੋ ਗਈ, ਇਹ ਕੋਈ ਤਰੀਕਾ ਹੈ? ਆਇਆ ਉਰੇ ਕਿਸੇ ਮੰਡੀ 'ਚ ਗਿਆ ਭਗਵੰਤ ਮਾਨ ਅੱਜ ਤੱਕ ਉਰੇ ਖੰਨਾ ਛੱਡੋ ਕਿਤੇ ਵੀ ਪੰਜਾਬ 'ਚ ਕੋਈ MLA ਨਹੀਂ ਆ ਰਿਹਾ ਜੀ ਮੰਡੀ 'ਚ, ਕੋਈ ਮੰਡੀ ਨਹੀਂ, ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆ ਰਿਹਾ, ਔਰ ਐਗਰੀਕਲਚਰ ਮਿਨਿਸਟਰ, ਫੂਡ ਮਿਨਿਸਟਰ ਵੀ ਨਹੀਂ ਆ ਰਹੇ। ਇਹਦੀ ਡਿਊਟੀ ਬਣਦੀ ਹੈ, ਜਾਵੇ ਦਿੱਲੀ, ਅਗਰ ਕੋਈ FCI ਦੇ ਨਾਲ ਪ੍ਰੋਬਲਮ ਹੈ, ਐਗਰੀਕਲਚਰ ਮਿਨਿਸਟਰ ਨੂੰ ਮਿਲੇ, ਪ੍ਰਾਈਮ ਮਿਨਿਸਟਰ ਨੂੰ ਮਿਲੇ, ਹੋਮ ਮਿਨਿਸਟਰ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕਰੇ ਕਿ ਆਹ ਅੜਚਣਾਂ ਆ ਰਹੀਆਂ ਨੇ। ਮੈਂ ਕਹੂੰਗਾ ਪਰ ਜ਼ਿੰਮੇਵਾਰੀ ਮੇਰੀ ਹੈ ਐਜ਼ ਅ ਪੰਜਾਬੀ, ਐਜ਼ ਅ ਕਿਸਾਨ, ਲੇਕਿਨ ਉਹਦੀ ਜ਼ਿੰਮੇਵਾਰੀ ਹੈ ਐਜ਼ ਮੁੱਖ ਮੰਤਰੀ।